ਸਰ ਅਸੀਂ ਗਏ ਸੀਗੇ ਸ਼ਨੀਵਾਰ ਕੋਈ 3 ਵਜੇ ਇੱਥੋਂ ਘਰੋਂ ਅਤੇ ਰਾਤ ਸਾਡੀ ਸ਼ਨੀਵਾਰ ਰਾਤ ਲੱਗੀ ਆ ਉੱਥੇ ਅਤੇ ਆਉਂਦਿਆਂ ਨੂੰ ਸਾਡੇ ਇੱਥੇ ਚੋਰੀ ਹੋਈ ਸੀ ਤਕਰੀਬਨ ਸਾਡਾ 8-10 ਤੋਲੇ ਸੋਨਾ ਅਤੇ ਚਾਂਦੀ ਸੀਗੀ ਸਾਨੂੰ ਉਹਦੇ ਕੁਆਂਟਿਟੀ ਨਹੀਂ ਪਤਾ ਉਹ ਸਾਰਾ ਸਾਡਾ ਲੈ ਕੇ ਗਏ ਆ ਦਰਵਾਜ਼ਾ ਤੋੜਿਆ ਵਾ ਬੈੱਡ ਪੂਰਾ ਖੋਲਿਆ ਤਸੱਲੀ ਨਾਲ ਚੋਰੀ ਕਰਕੇ ਗਏ ਆ ਅਤੇ ਪੇਟੀ ਸਾਡੀ ਪੇਟੀ ਵੀ ਸਾਰੀ ਤੋੜ ਗਏ ਉਹਦੇ ਵਿੱਚੋਂ ਸੋਨਾ ਕੱਢਿਆ ਲੈਪਟੋਪ ਲੈ ਗਏ ਆ 3 ਮੋਬਾਈਲ ਲੈ ਗਏ ਸਾਡੇ ਅਤੇ ਅਸੀਂ ਆਏ ਹਾਂ ਬਸ ਰਾਤ ਹੀ ਕੱਟੀ ਆ ਅਸੀਂ ਸਵੇਰੇ ਜਦੋਂ ਇੱਧਰ ਆਏ ਹਾਂ ਅਤੇ ਉਹਨੇ ਨੂੰ ਅਸੀਂ ਦੇਖਿਆ ਕਿ ਲਾਈਟਾਂ ਜਗਨਦੀਆਂ ਪੱਖੇ ਚੱਲਣ ਦੇ ਆ ਅਤੇ ਚੋਰੀ ਹੋ ਗਈ ਅਤੇ ਅਸੀਂ ਫਿਰ ਮੌਕੇ 'ਤੇ ਪੁਲਿਸ ਨੂੰ ਕੰਪਲੇਨ ਕੀਤੀ ਸੀ ਉਹ ਵੀ ਆਏ ਆ ਉਹਨਾਂ ਨੇ ਵੀ ਮਤਲਬ ਸਾਨੂੰ ਆਸ਼ਵਾਸਨ ਨਹੀਂ ਦਿੱਤਾ ਹੋਰ ਤਾਂ ਕੁਛ ਨਹੀਂ ਅਸੀਂ ਅਸੀਂ ਅਪੀਲ ਕਰਦੇ ਹਾਂ ਕਿ ਸਾਡਾ ਕੋਈ ਹੱਲ ਕੀਤਾ ਜਾਏ ਇਹਦਾ 8-10 ਤੋਲੇ ਦਾ ਤੁਸੀਂ ਲਾ ਲਓ ਭਾਈ ਸਾਹਿਬ ਚਾਂਦੀ ਦੀ ਕੁਆਂਟਿਟੀ ਨਹੀਂ ਮੈਨੂੰ ਇੱਦਾਂ ਕੁਛ ਪਤਾ ਸੋਨਾ ਦੇ 8-10 ਤੋਲਾ ਹੈਗਾ ਓਕੇ ਤਾਂ ਹਾਂਜੀ ਰਾਤ ਬਾਅਦ ਜਦੋਂ ਫੋਨ ਕੀਤਾ ਜੀ ਉਦੋਂ ਆਈ ਹੈ ਪੁਲਿਸ ਉਹਨਾਂ ਨੇ ਸਾਨੂੰ ਇਹੀ ਦੱਸਿਆ ਕਿ ਤੁਹਾਡੀ ਮਦਦ ਕਰਾਂਗੇ ਮਤਲਬ ਇਹ ਤਾਂ ਇਹ ਡਾਇਲੋਗ ਉੱਦਾਂ ਮਾਰ ਗਏ ਸੀ ਕਿ ਸੱਪ ਲੰਘ ਗਿਆ ਅਤੇ ਹੁਣ ਲਕੀਰ ਹੀ ਰਹਿ ਗਈ ਹੈ ਅਤੇ ਕੁੱਟਣ ਦਾ ਫਾਇਦਾ ਕੋਈ ਨਹੀਂ ਹੈਗਾ ਇਹ ਸਾਨੂੰ ਕਹਿ ਕੇ ਗਏ ਦੇਖਿਆ ਜਾ ਰਿਹਾ ਘਰ ਦੇ ਵਿੱਚ ਤੁਸੀਂ ਕੁੱਤਾ ਵੀ ਰੱਖਿਆ ਹੋਇਆ ਸੀ ਹਾਂ ਕੁੱਤਾ ਰੱਖਿਆ ਸੀ ਜੀ ਕੁੱਤਾ ਵੀ ਬਹੁਤ ਬੋਲਿਆ ਆਂਢ ਗੁਆਂਢ ਵੀ ਸਾਡਾ ਆਇਆ ਪਰ ਉਹਨਾਂ ਨੇ ਨਾ ਘਰ ਵੱਲ ਖਿਆਲ ਨਹੀਂ ਕੀਤਾ ਉਹ ਆਪਣਾ ਦੇਖ ਕੇ ਅਤੇ ਵਾਪਸ ਚੱਲ ਗਏ ਆ ਪੇਤੀ ਬੰਦਾ ਹੈ ਜੀ ਪੇਤੀ ਬੰਦਾ ਹੈ ਤਾਂ ਹੀ ਉਹਨੇ ਇੱਦਾਂ ਮਾਰਿਆ ਸਾਡੇ ਜਿੱਥੇ ਹੁਣ ਮੈਂ ਪੁੱਛਦਾ ਪਿਆ ਸੀ ਇੱਕ ਬੰਦਾ ਸਾਡੇ ਕੋਲ ਮੋਟਰਸਾਈਕਲ 'ਤੇ ਰਾਤ ਨੂੰ 12 ਵਜੇ ਇੱਥੇ ਚੱਕਰ ਮਾਰ ਕੇ ਗਿਆ ਦਾਰੀ ਕੰਧ 'ਤੇ ਕੰਧ ਟੱਪ ਗਿਆ ਜੀ ਉੱਥੇ ਬੂਟਾਂ ਦੇ ਨਿਸ਼ਾਨ ਹੈਗੇ ਆ ਇਹ ਕੱਲ੍ਹ ਮਿਤੀ 8/1/23 ਨੂੰ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਮਿਲੀ ਸ਼ਾਮ ਟਾਈਮ ਕਿ ਭੁੱਲੇ ਚੱਕ ਕਲੋਨੀ 'ਚ ਇੱਕ ਚੋਰੀ ਹੋਈ ਹੈ ਜੋ ਕਿ ਫੈਮਿਲੀ ਘਰੋਂ ਗਈ ਹੋਈ ਸੀ ਘਰ ਦੇ ਮੈਂਬਰ ਜਿਹੜੇ ਆ ਉਹ ਅਨੰਦਪੁਰ ਸਾਹਿਬ ਗਏ ਹੋਏ ਸੀਗੇ ਅਤੇ ਉਹਨਾਂ ਦੇ ਮਗਰੋਂ ਹੀ ਇਹ ਚੋਰੀ ਦੀ ਜਿਹੜੀ ਵਾਰਦਾਤ ਹੈ ਹੋਈ ਪਤਾ ਲੱਗਾ ਵੀ ਕੌਣ ਸੀ ਕੀ ਜੀ ਅਸੀਂ ਮੌਕਾ ਦੇਖਿਆ ਅਤੇ ਇਨਵੈਸਟੀਗੇਸ਼ਨ ਇਨੀਸ਼ੀਏਟ ਕੀਤੀ ਆ ਸੀ ਸੀ ਟੀ ਵੀ ਕੈਮਰਾਜ਼ ਚੈੱਕ ਕਰ ਰਹੇ ਹਾਂ ਅਤੇ ਅੱਗੇ ਜੋ ਵੀ ਸਾਹਮਣੇ ਆਉਂਦਾ ਉਹਦੇ ਮੁਤਾਬਿਕ ਫਿਰ ਅਸੀਂ ਕਰਾਂਗੇ ਕਾਰਵਾਈ ਕਿੰਨਾ ਕੁ ਨੁਕਸਾਨ ਕਰੀਬ 10 ਤੋਲੇ ਗੋਲਡ ਜਿਹੜਾ ਘਰ ਵਿੱਚੋਂ ਚੋਰੀ ਹੋਇਆ ਕੈਸ਼ ਵੀ ਸੀ ਨਹੀਂ ਕੈਸ਼ ਨਹੀਂ ਸੀਗਾ ਗੋਲਡ ਹੀ ਸੀ ਜੀ ਹਾਂ ਲੈਪਟੋਪ ਇੱਕ ਲੈਪਟੋਪ ਦੱਸਿਆ ਕਿ ਉਹਨਾਂ ਨੇ ਘਰੇ ਸੀਗਾ ਹਾਂ 1-2 ਸੀਸੀਟੀਵੀ ਕੈਮਰਾਜ਼ ਹੈਗੇ ਆ ਜਿਨ੍ਹਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੂਰੀ ਜਲਦੀ ਉਹਨਾਂ ਨੂੰ ਕਾਬੂ ਕਰ ਲਵਾਂਗੇ ਐਫ ਆਈ ਆਰ ਰਜਿਸਟਰ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਆਰੰਭ